ਇਸੇ ਪਿੰਡ ਵਿੱਚ ਇੱਕ ਨਾਈ ਰਹਿੰਦਾ ਸੀ ਤੇ ਉਹਦੇ ਕੋਲੇ ਨਾ ਚਿੱਟੇ ਕੱਪੜੇ ਪਾ ਕੇ ਤੇ ਇੱਕ ਬੰਦਾ ਜਿਹੜਾ ਨਾ ਸ਼ੇਪ ਕਰਾਉਣ ਵਾਸਤੇ ਆ ਗਿਆ ਗੱਡੀ ਦੇ ਵਿੱਚ ਸ਼ੇਪ ਕਰਾਉਣ ਲੱਗ ਪਿਆ ਤੇ ਜਦੋਂ ਸ਼ੇਪ ਹੋ ਗਈ ਨਾ ਤੇ ਨਾਈ ਨੂੰ ਨੇ ਨਾ 100 ਰੁਪਿਆ ਕੱਢ ਕੇ ਦਿੱਤਾ ਨਾਈ ਦੇ ਬਣੇ 40 ਰੁਪਏ ਤੇ ਬਕਾਇਆ ਦੇਣ ਲੱਗਾ ਨਾ ਤੇ ਉਹਨੇ ਕਿਹਾ ਕੋਈ ਗੱਲ ਨਹੀਂ ਤੂੰ ਰੱਖ ਭਰਾ ਐ ਤੂੰ ਸਾਡਾ ਫੇਰ ਕਰ ਲਾਂਗੇ ਨਾਈ ਬੜਾ ਖੁਸ਼ ਹੋਨੇ ਕਿਹਾ ਚੌਧਰੀ ਲੱਗਦਾ ਕੋਈ ਕੁਝ ਦਿਹਾੜੇ ਗੁਜ਼ਰੇ ਕੋਈ 10 12 ਦਿਨ ਤਾਂ ਫੇਰ ਉਹ ਹੀ ਆ ਗਿਆ ਚੌਧਰੀ ਸਾਹਿਬ ਗੱਡੀ ਦੇ ਵਿੱਚ ਤਾਂ ਨਾਈ ਨੇ ਆਪਣੇ ਸ਼ਾਗਿਰਦ ਨੂੰ ਕਹਲਾਇਆ ਵੀ ਜਾ ਨਾ ਇੱਕ ਜੂਸ ਦਾ ਡੱਬਾ ਤੇ ਦੋ ਜਿਹੜੀਆਂ ਨਾ ਸਿਕਟਾਂ ਫੜ ਕੇ ल्या ਗੋਲਡ ਲੀਫ ਦੀਆਂ ਉਹ ਭੱਜ ਕੇ ਸਿੱਟਾ ਫੜ ਲਿਆ ਚੌਧਰੀ ਸਾਹਿਬ ਨੇ ਉਹਨ ਗਿਆ ਵੀ ਬੈਠੋ ਚੌਧਰੀ ਸਾਹਿਬ ਬੰਦੇ ਦੀ ਸ਼ੇਪ ਕਰ ਲਈਏ ਪਹਿਲੇ ਵੀ ਤਾਂ ਤੁਸੀਂ ਜਤਨੀ ਜੂਸ ਪੀਓ ਤੇ ਨਾਲ ਸਿਕਟਾ ਪੀ ਲਓ ਉਹਨੇ ਕਹ ਠੀਕ ਹੈ ਜੀ ਉਹਨੇ ਸਿਕੜ ਸ਼ਿਕੜ ਪੀਤੀ ਜੂਸ ਪੀਤਾ ਤੇ ਵਾਰੀ ਆ ਗਈ ਚੌਧਰੀ ਸਾਹਿਬ ਦੀ ਸ਼ੇਪ ਕੀਤੀ ਸ਼ੇਪ ਕੀਤੀ ਨਾ ਤੇ 500 ਰੁਪਏ ਚੌਧਰੀ ਸਾਹਿਬ ਨੇ ਕੱਢ ਕੇ ਦਿੱਤਾ ਉਹਨੂੰ ਜੀ ਨਹੀਂ ਬੜਾ ਫਿਰ ਖੁਸ਼ ਫਿਰ ਬਕਾਇਆ ਦੇਣ ਲੱਗਾ ਨਾ ਤੇ ਚੌਧਰੀ ਸਾਹਿਬ ਨੇ ਗਿਆ ਕੋਈ ਨਹੀਂ ਰੱਖ ਲੈ ਤੂੰ ਮਾੜਾ ਬੰਦਾ ਐ ਭਰਾ ਐ ਸਾਡਾ ਚੱਲ ਕੋਈ ਗੱਲ ਨਹੀਂ ਰੱਖ ਲੈ ਨਹੀਂ ਬੜਾ ਖੁਸ਼ ਹੋਣੇ ਕਿ ਵਾਹ ਯਾਰ ਚੌਧਰੀ ਕੋ ਚੰਗੀ ਸਾਮੀ ਲੱਗਦੀ ਵੀ ਆ ਚਲਾ ਗਿਆ ਖੈਰ ਕੁਛ ਦਿਹਾੜੇ ਗੁਜ਼ਰੇ ਨਾ ਤੇ ਚੌਧਰੀ ਸਾਹਿਬ ਪੈਦਲ ਆਏ ਆ ਕੇ ਬਹਿ ਗਏ ਤੇ ਮਾਮੂਲ ਦੇ ਮੁਤਾਬਕ ਉਸੇ ਤਰ੍ਹਾਂ ਇਹਨੇ ਆਪਣੇ ਉਹਨਾਂ ਸ਼ਾਗਿਰਦ ਨੂੰ ਕਿਹਾ ਵੀ ਜਾ ਨਾ ਦੋ ਸਿੱਕੜਾਂ ਤੇ ਜੂਸ ਦਾ ਡੱਬਾ ਖੜ ਲਿਆ ਚੌਧਰੀ ਸਾਹਿਬ ਨੇ ਜੂਸ ਦਾ ਡੱਬਾ ਪੀਤਾ ਪੂਤਾ ਤੇ ਹਲੇ ਛੇਪ ਕਰਨੀ ਲੱਗਾ ਸੀ ਤਾ ਫੋਨ ਆ ਗਿਆ ਫੋਨ ਸੁਣ ਕੇ ਕਹਿੰਦਾ ਯਾਰ ਗੱਲ ਏਵੇਂ ਆ ਕਿ ਮੈਂ ਨਾ ਵੱਡਿਆ ਭਾਈ ਦੀ ਜਿਹੜੀ ਨਾ ਮੰਗਣੀ ਕਰਨ ਚਲੇ ਨੇ ਤਾਂ ਯਾਰ ਮੁੰਦੀ ਜਿਹੜੀ ਨਾ ਮੇਰੇ ਕੋ ਰਹਿ ਗਈ ਤੇ ਮੈਂ ਨਾ ਜ਼ਰਾ ਮੁੰਦੀ ਫੜਿਆ ਵਾ ਤੇ ਮੈਂ ਆ ਪੈਦਲ ਤੇ ਗੱਡੀ ਨਹੀਂ ਸੀ ਹੈਗੀ ਤਾਂ ਇੰਜ ਕਰ ਕੋ ਮੋਟਰਸਾਈਕਲ ਤਾਂ ਦੇ ਤਰੋਂ ਚ ਉਹਨੇ ਕਿਹਾ ਚੋ ਸਾਬ ਟੈਨਸ਼ਨ ਹੀ ਨਹੀਂ ਹੈ ਉਨੇ ਆਪਣੇ ਸ਼ਾਗਿਰਦ ਨੂੰ ਨਾਈ ਨੇ ਕਲਾਇਆ ਸਾਹਮਣੇ ਕਰ ਵੀ ਜਾਣਾ ਮੋਟਰਸਾਈਕਲ ਉਹਨਾਂ ਦੀ ਫੜ ਕੇ ਲਿਆਜੀ ਮੋਟਰਸਾਈਕਲ ਆ ਗਈ ਚੌਧਰੀ ਸਾਹਿਬ ਕਹਿੰਦੇ ਮੈਂ ਜੀ ਅੱਧੇ ਘੰਟੇ ਤੱਕ ਆ ਗਿਆ ਉਹਨੇ ਕਹੇ ਚੌਧਰੀ ਸਾਹਿਬ ਕੋਈ ਗੱਲ ਨਹੀਂ ਬੜਾ ਦਾ ਘੰਟਾ ਛੱਡ ਕੇ ਤਿੰਨ ਡੋ ਘੰਟੇ ਬਾਅਦ ਆਇਓ ਕੋ ਨਹੀਂ ਆਪਣੀ ਮੋਟਰਸਾਈਕਲ ਚੌਧਰੀ ਸਾਹਿਬ ਗਏ ਜੀ ਚੌਧਰੀ ਸਾਹਿਬ ਅੱਧਾ ਘੰਟਾ ਵੀ ਗਿਆ ਘੰਟਾ ਵੀ ਗਿਆ ਦੋ ਵੀ ਗਏ ਚੌਧਰੀ ਸਾਹਿਬ ਵਾਪਸ ਹੀ ਆਉਣ ਦਾ ਨਾ ਇਹ ਨਾ ਲੈਣ ਜਾਦ ਨਹੀਂ ਨਾ ਮੁੰਡਾ ਨਾ ਆ ਗਿਆ ਮੋਟਰਸਾਈਕਲ ਜਿੰਨਾ ਦੀ ਆਇਆ ਸੀ ਉਹਨੇ ਆਖਿਆ ਭਾਈ ਮੋਟਰਸਾਈਕਲ ਦਿਓ ਤੁਸੀਂ ਲੈ ਕੇ ਆਏ ਉਹਨੇ ਕਿਹਾ ਚੌਧਰੀ ਸਾਹਿਬ ਲੈ ਕੇ ਗਏ ਨੇ ਆ ਜਾਂਦੇ ਨੇ ਉਹਨੇ ਕਿਹਾ ਚਲ ਕੋਈ ਗੱਲ ਨਹੀਂ ਚਲ ਠੀਕ ਹੈ ਮੁੰਡਾ ਚਲਾ ਗਿਆ ਕੈਂਡੀਡੇਟ ਬਾਦ ਦੁਬਾਰਾ ਆਇਆ ਵੀ ਉਹਨੇ ਕਿਹਾ ਤੁਹਾਡੇ ਚੌਧਰੀ ਸਾਹਿਬ ਨਹੀਂ ਆਏ ਭਾਈ ਜਨ ਮੋਟਰਸਾਈਕਲ ਦਿਓ ਸਾਡੀ ਤੇ ਸਾਰੀ ਦਿਹਾੜੀ ਗੁਜ਼ਰ ਗਈ ਹੈ 나 ਹੀ ਬੜਾ ਪਰੇਸ਼ਾਨ ਵੀ ਚੌਧਰੀ ਸਾਹਿਬ ਨਹੀਂ ਆਏ 2 ਘੰਟੇ ਦਾ ਕਹਿ ਕੇ ਅੱਛਾ ਖੈਰ ਉਹਨੇ ਕਿਹਾ ਯਾਰ ਮੈਂ ਮੋਟਰਸਾਈਕਲ ਦੇਣਾ ਜਿਵੇਂ ਚੌਧਰੀ ਆਉਂਦਾ ਨਾ ਦੇ ਦੇਵਾਂਗਾ ਤੇ ਤੂੰ ਹੁਣ ਚਲਾ ਜਾ ਉਹ ਭਾਈ ਦਿਹਾੜੀ ਦਿਹਾੜੀ ਨਾ ਗਈ ਤੇ ਅਗਲੀ ਮੋਟਰਸਾਈਕਲ ਵਾਲਾ ਬੜੇ ਪਰੇਸ਼ਾਨ ਤੇ ਦੁਬਾਰਾ ਆ ਗਿਆ ਮੋਟਰਸਾਈਕਲ ਭਾਈ ਸਰੋਤ ਮੋਟਰਸਾਈਕਲ ਤੇ ਮੇਰੀ ਉਹਨੇ ਆਖਿਆ ਯਾਰ ਚੋਰੀ ਸਾਬ ਲੈ ਗਏ ਉਹਨੇ ਆਖਿਆ ਭਾਈ ਚੌਧਰੀ ਤੇਰਾ ਹੋਏਗਾ ਸਾਨੂੰ ਮੋਟਰਸਾਈਕਲ ਚਾਹੀਦੀ ਆ ਉਹਨੇ ਭਾਈ ਜੀ ਪਰਿਆ ਚ ਸੱਦ ਲਿਆ ਪਰੇ ਵਾਲੇ ਨੇ ਆਖਿਆ ਜੀ ਤੇਰੀ ਮੋਟਰਸਾਈਕਲ ਕਿੰਨੇ ਦੀ ਮੋਟਰਸਾਈਕਲ ਵਾਲਿਆਂ ਨੂੰ ਪੁੱਛੋ ਉਹਨੇ ਕਿ ਜੀ ਮੇਰੀ ਮੋਟਰਸਾਈਕਲ 40000 ਦੀ ਸੀ ਤਾਂ ਉਹਨੇ ਆਖਿਆ ਗੱਲ ਇਹ ਆ ਕਿ ਜਿਹੜਾ ਨਾ ਇਹ ਮਾੜਾ ਬੰਦਾ ਏ ਤੇ 40 ਤਾਂ ਨਹੀਂ ਚੱਲੇ ਇਹਨੂੰ 35000 ਰੁਪਏ ਪਾ ਦਿੰਨੇ ਆ ਤੇ ਤੈਨੂੰ ਮੋਟਰਸਾਈਕਲ ਲੈ ਦੂਗਾ ਤੇ ਜਾਂ ਫਿਰ 35000 ਰੁਪਏ ਦੇ ਦੇਵੇ ਨਾਈ ਨੇ ਕਿਹਾ ਜੀ ਠੀਕ ਆ ਹੁਣ ਜਦੋਂ ਮੇਰੇ ਕੋਲ ਗਲਤੀ ਹੋਈ ਆ ਤੇ ਫਿਰ ਮੈਨੂੰ ਪਾਉਣੀ ਤੇ ਆਈ ਆ ਉਹਨੇ ਕਿਹਾ ਜੀ ਇੰਦਾ ਗੱਲ ਆ ਕਿ ਮੈਂ ਨਾ ਕੋਈ 4 ਦਿਨ ਠਹਿਰ ਕੇ ਦੇਾਂਗਾ ਹੁਣ ਤੇ ਮੇਰੇ ਕੋਲ ਨਹੀਂ ਪੈਸੇ ਹੈਗੇ ਕੋਈ 10 12 ਦਿਨ ਠਹਿਰ ਕੇ ਮੈਂ ਨਾ ਕਿਸੇ ਕੋਲ ਲੈ ਦੇ ਕੇ ਜਾਂ ਆਪਣੇ ਕੋਲ ਜਿਹੜੇ ਜੋੜ ਕੇ ਨਾ ਤੁੰਨ ਦੇਾਂਗਾ ਤਾਂ ਉਹਨੇ ਕਿਹਾ ਚੱਲ ਕੋਈ ਨਹੀਂ ਤੇ ਕੁਛ ਦਿਨ ਗੁਜ਼ਰੇ ਨਾ ਤੇ ਚੌਧਰੀ ਸਾਹਿਬ ਫੇਰ ਆ ਗਏ ਉਹਨੂੰ ਬੜੀ ਕਾਬੜ ਨਾਈ ਨੂੰ ਵੀ ਚੌਧਰੀ ਸਾਹਿਬ ਤੇ ਵੀ ਯਾਰ ਪੈ ਚੋਈ ਮੇਰੀ ਮੋਟਰਸਾਈਕਲ ਲੈ ਕੇ ਗਿਆ ਤੇ ਹਲੇ ਤੱਕ ਨਹੀਂ ਦਿੱਤਾ ਤੇ ਹੁਣ ਫੇਰ ਪੈਦਲ ਆ ਰਿਹਾ ਉਹਨੇ ਨਾ ਕਿਹਾ ਤੇ ਕੁਛ ਨਹੀਂ ਬੈਠਾ ਜੋਸ਼ਿਉ ਦੇ ਆਉਂਦੇ ਹੀ ਨਾ ਚੌਦੀ ਸਾਹਿਬ ਕਹਿਣ ਲੱਗੇ ਕਿ ਯਾਰ ਬੜਾ ਪਰੇਸ਼ਾਨ ਹੋਨੇ ਖਿਆ ਪਰੇਸ਼ਾਨ ਕੀ ਚੌਦੀ ਸਾਹਿਬ ਤੂੰ ਤਾਂ ਮੇਰੀ ਜੜੀਨਾ ਉਹ ਸਭ ਕੁਝ ਹੀ ਰੋੜ ਗਿਆ ਉਹਨੇ ਕਿਹਾ ਕੀ ਹੋਇਆ ਉਹਨੇ ਕਿਹਾ ਇਸ ਤਰ੍ਹਾਂ ਜਿਹੜੀ ਮੋਟਰਸਾਈਕਲ ਲੈ ਗਿਆ ਤੇ ਮੇਰੇ ਸਰ ਤੇ 40000 ਰੁਪਿਆ ਉਹਨੇ ਪਾਤਾ ਹੈਗਾ ਮੋਟਰਸਾਈਕਲ ਦਾ ਤੇ ਮੈਂ ਤਾਂ ਮਾੜਾ ਬੰਦਾ ਕਿੱਥੋਂ ਦੇ ਦਿੰਦਾ ਤੁਸੀਂ ਮੋਟਰਸਾਈਕਲ ਉਹਨੇ ਕਿਹਾ ਕਿੰਨੇ ਮੋਟਰਸਾਈਕਲ ਪਾਇਆ ਹੈ ਤੁਹਾਨੂੰ ਜਾ ਉਹ ਨੂੰ ਬੰਦਾ ਲੈ ਕੇ ਉਹਨੇ ਬੰਦਾ ਸੱਦਿਆ ਤੇ ਉਹਨੇ ਕਿਹਾ ਜੀ ਸਾਡੀ ਮੋਟਰਸਾਈਕਲ ਨੇ ਕਿੰਨੇ ਦੀ ਮੋਟਰਸਾਈਕਲ ਤੇ ਆਈ ਉਹਨੇ ਕਿਹਾ 40000 ਦੀ ਉਹਨੇ ਕਿਹਾ ਖਬਰਦਾਰ ਮੇਰੇ ਨਾਈ ਨੂੰ ਕਿਸ ਨੇ ਗੱਲ ਕੀਤੀ ਉਹਨੇ ਕਿਹਾ ਮੈਂ ਇਥੋਂ ਗਿਆ ਤਾਂ ਮੈਨਾਂ ਹੋ ਗਈ ਡਕੇਟੀ ਤੇ ਡਕੇਟੀ ਤੇ ਚੋਰ ਮੈਨੂੰ ਨਾਲ ਲੈ ਗਏ ਉੱਥੇ ਜਾ ਕੇ ਮੈਨੂੰ ਬੰਨ੍ਹ ਦਿੱਤਾ ਤੇ ਅੱਜ ਸਾਨੂੰ ਮੋਟਰਸਾਈਕਲ ਚਾਹੀਦੀ ਹੈ ਕਿ ਪੈਸੇ ਚਾਹੀਦੇ ਉਹਨੇ ਕਿਹਾ ਜੀ ਜੋ ਸਰ ਤੁਸੀਂ ਮੋਟਰਸਾਈਕਲ ਲੈ ਦੇਓ ਕੋਲਾ ਸਾਨੂੰ ਉਹਨੇ ਕਿਹਾ ਚਲ ਠੀਕ ਹੈ ਸਵੇਰੇ ਸ਼ੋਰੂਮ ਤੇ ਆਪਾਂ ਚਲੇ ਚਲਾਂਗੇ ਤਾਂ ਮੋਟਰਸਾਈਕਲ ਤਾਂ ਹੀ ਲੈ ਲਓ ਜੀ ਉਹ ਜੀ ਇਦਾਂ ਹੀ ਚੌਧਰੀ ਸਾਹਿਬ ਗੱਡੀ ਲੈ ਕੇ ਆਏ ਤੇ ਵਿੱਚ ਬੰਦੇ ਬਿਠਾਏ ਉਹਨੇ ਕਿਹਾ ਸ਼ੋਰੂਮ ਤੇ ਚੱਲਦੇ ਤੇ ਰਾਹ ਦੇ ਵਿੱਚ ਜਾਂਦੇ ਆ ਚੌਧਰੀ ਸਾਹਿਬ ਨੇ ਕਿਹਾ ਮੋਟਰਸਾਈਕਲ ਵਾਲੇ ਨੂੰ ਕਿ ਤੂੰ ਜਿਹੜੀ ਨਾ 5-7000 ਜਿਹੜੀ ਨਾ ਜ਼ਿਆਦਾ ਮਹਿੰਗੀ ਮੋਟਰਸਾਈਕਲ ਜਿਹੜੀ ਨਾ ਤੂੰ ਪਸੰਦ ਕਰਨੀ ਆ ਤਾਕੇ ਕੱਲ ਨੂੰ ਤੂੰ ਗੱਲ ਨਾ ਕਰੇ ਵੀ ਮੈਨੂੰ ਨਾ ਮੋਟਰਸਾਈਕਲ ਮਾੜੀ ਲੱਤੀ ਆ ਠੀਕ ਹੈ ਨਾ ਉਹਨੇ ਕਿਹਾ ਚ ਚ ਸਭ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਸ਼ੋਰੂਮ ਤੇ ਗਿਆ ਜੀ ਸ਼ੋਰੂਮ ਤੇ ਮੋਟਰਸਾਈਕਲ ਚੈੱਕ ਕੀਤੀ ਠੀਕ ਪਸੰਦ ਆ ਗਈ ਉਹਨੇ ਕਿਹਾ ਚਲਾ ਕੇ ਵੇਖਿਆ ਚਲਾ ਕੇ ਵੇਖੀ ਜੀ ਉਹਨੇ ਕਿਹਾ ਠੀਕ ਹੈ ਨਾਈ ਨੂੰ ਕਿਹਾ ਤੂੰ ਯਾਰ ਚਲਾ ਕੇ ਉਹਨੇ ਵੇਖਿਆ ਉਹਨੇ ਕਿਹਾ ਚ ਚ ਸਭ ਠੀਕ ਹੈ ਕਿ ਮੋਟਰਸਾਈਕਲ ਉਹਨੇ ਕਿਹਾ ਕਿੰਨੇ ਦੀ ਆ ਉਹਨੇ ਕਿਹਾ ਜੀ 45000 ਦੀ ਮੋਟਰਸਾਈਕਲ ਆ ਗਈ ਉਹਨੇ ਕਿਹਾ ਠੀਕ ਹੈ ਹੁਣ ਮੈਨੂੰ ਜ਼ਰਾ ਵੇਖ ਲੈਂਦੇ ਸ਼ੋਰੂਮ ਵਾਲੇ ਬੜੇ ਬਗੈਰਤ ਹੁੰਦੇ ਨੇ ਤੇ ਚੇਂਜ ਕਰ ਲੈਂਦੇ ਚੀਜ਼ਾਂ ਵਿੱਚ ਉਹ ਮ ਚੌੜੀ ਸਾਹਿਬ ਲੈ ਕੇ ਗਏ ਤੇ ਚੌੜੀ ਸਾਹਿਬ ਵਾਪਸ ਹੀ ਨਹੀਂ ਆਏ ਮੋਟਰਸਾਈਕਲ ਮੋਟਰਸਾਈਕਲ ਉਹ ਹੁਣ ਵੜੀ ਗਰੇ ਤੇ ਸ਼ੋਰੂਮ ਵਾਲਾ ਆ ਗਏ ਉਹਨੇ ਕਿਹਾ ਜੀ ਭਾਈ ਪੈਸੇ ਦਿਓ ਮੋਟਰਸਾਈਕਲ ਲੈ ਕੇ ਉਹਨੇ ਕਿਹਾ ਚੌੜੀ ਸਾਹਿਬ ਇੱਥੇ ਕਿਉਂ ਆਨੇ ਕਿ ਚੌੜੀ ਸਾਹਿਬ ਨਹੀਂ ਸਾਨੂੰ ਜਾਣਦੇ ਜੁੰਦੇ ਮੋਟਰਸਾਈਕਲ ਤੁਸੀਂ ਪਸੰਦ ਕੀਤੀ ਆ ਤੇ ਤੁਸੀਂ ਵੇਖੀ ਆ ਤੇ ਤੁਹਾਨੂੰ ਮੈਂ ਰੇਟ ਦੱਸਿਆ ਤੇ ਮੇਰਾ ਵੀਰ ਦਿਓ ਪੈਸੇ ਉਹ ਫਸ ਗਿਆ ਜੀ ਉਹ 45000 ਰੁਪਇਆ ਉੱਥੇ ਪੈ ਗਿਆ ਜੀ ਉਹਨਾਂ ਨੂੰ ਤੇ 40 ਉਹਨਾਂ ਨੂੰ ਪਹਿਲਾਂ ਸੀ ਤੇ 35 ਉਹਨਾਂ ਨੇ ਪਾਇਆ ਸੀ ਚੱਲ ਮਾੜਾ ਬੰਦਾ ਐ ਨਾਈ 35 ਦੇ ਦੇਵੇ ਉਹ ਇੱਕ ਸਾਹ ਦਾ 35 ਹੋ ਗਿਆ ਤੇ 45 ਹੋ ਗਿਆ ਉਹ 70 80 ਹਜ਼ਾਰ ਨੂੰ ਲਿਲਾਈ ਤੇ ਚੌਧਰੀ ਸਾਹਿਬ ਨਿਕਲ ਗਏ ਗੱਲ ਕਰਨ ਦਾ ਮਕਸਦ ਵੀ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ ਚਿੱਟੇ ਕੱਪੜਿਆਂ 'ਚ ਤੇ ਗੱਡੀ 'ਚ ਬੈਠਾ ਬੰਦਾ ਜਿਹੜਾ ਨਾ ਚੌਧਰੀ ਨਹੀਂ ਹੁੰਦਾ